ਜੇਕਰ ਤੁਸੀਂ ਵੀ ਵੇਖਣਾ ਚਾਹੁੰਦੇ ਹੋ ਦੇਸ਼ ਤੇ ਦੁਨੀਆ ਦੀਆਂ ਪੰਜਾਬੀ ਖਬਰਾਂ, ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਪਹਿਲਾ ਆਈਕਨ। ਕਈ ਵਾਰ ਇਤੇਫਾਕ ਵੀ ਪੁਲਿਸ ਨੂੰ ਵੱਡੀ ਸਫਲਤਾ ਦੇ ਦਿੰਦਾ ਹੈ। ਇਸ ਗੱਲ ਦਾ ਉਦਾਹਰਣ ਹੈ ਇਹ ਖਬਰ। ਦਰਅਸਲ ਤਰਨ ਤਾਰਨ ਪੁਲਿਸ ਨੂੰ ਖਬਰ ਮਿਲੀ ਸੀ ਕਿ ਕਿਨੋਵਾ ਗੱਡੀ ਦੇ ਵਿੱਚ ਸੰਦਿਗਧ ਹਾਲਾਤ 'ਚ ਮੁੰਡਾ ਅਤੇ ਕੁੜੀ ਮੌਜੂਦ ਨੇ। ਪੁਲਿਸ ਤਾਂ ਮੁੰਡਾ ਕੁੜੀ ਨੂੰ ਫੜਨ ਗਈ ਸੀ, ਪਰ ਉੱਥੇ ਤਾਂ ਕੁਝ ਹੋਰ ਹੀ ਮਾਮਲਾ ਨਿਕਲਿਆ। ਜਦੋਂ ਪੁਲਿਸ ਨੇ ਇਨੋਵਾ ਗੱਡੀ 'ਚੋਂ ਉਹਨਾਂ ਨੂੰ ਕੱਢਿਆ, ਗੱਡੀ ਦੀ ਤਲਾਸ਼ੀ ਲਿੱਤੀ ਤਾਂ ਗੱਡੀ ਵਿੱਚੋਂ 1 ਕਿਲੋ ਚਿੱਟਾ ਬਰਾਮਦ ਹੋਇਆ। ਪੁਲਿਸ ਵੀ ਹੈਰਾਨ ਰਹਿ ਗਈ। ਪੁਲਿਸ ਨੇ ਫਿਲਹਾਲ ਇਸ ਜੋੜੇ ਦੇ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਜੇਕਰ ਪੁਲਿਸ ਦੀ ਮੰਨੀਏ ਤਾਂ ਇੱਕ ਵੱਡਾ ਗਿਰੋਹ ਹੈ ਜਿਸ ਵਿੱਚ ਮੁੰਡਾ ਅਤੇ ਕੁੜੀ ਰਲ ਕੇ ਚਿੱਟਾ ਸਪਲਾਈ ਕਰਦੇ ਨੇ। ਫਿਲਹਾਲ ਇਹਨਾਂ ਦੇ ਖਿਲਾਫ਼ NDPS ਐਕਟ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ। ਪੁਲਿਸ ਫਿਲਹਾਲ ਪੜਤਾਲ ਕਰ ਰਹੀ ਹੈ ਕਿ ਆਖਿਰਕਾਰ ਚਿੱਟੇ ਦੀ ਖੇਪ ਕਿੱਥੋਂ ਲੈ ਕੇ ਆਉਂਦੇ ਸੀ। ਪੁਲਿਸ ਦੀ ਮੰਨੀਏ ਤਾਂ ਇਹ ਕਈ ਵਾਰੀ ਚਿੱਟਾ ਸਪਲਾਈ ਕਰ ਚੁੱਕੇ ਨੇ। ਫਿਲਹਾਲ ਪੁਲਿਸ ਪੜਤਾਲ ਕਰ ਰਹੀ ਹੈ। ਪੁਲਿਸ ਨੇ ਦਾਅਵਾ ਕੀਤਾ ਕਿ ਇਹਨਾਂ ਨੂੰ ਚਿੱਟੇ ਦੀ ਸਪਲਾਈ ਦੇਣ ਵਾਲੇ ਵੱਡੇ ਤਸਕਰਾਂ ਦੇ ਖਿਲਾਫ਼ ਵੀ ਕਾਰਵਾਈ ਕੀਤੀ ਜਾਏਗੀ। ਦੇਖਿਆ ਜਾਏ ਤਾਂ ਆਪਣੇ ਤੌਰ ਦੇ ਉੱਤੇ ਆ ਇੱਕ ਵੱਖਰਾ ਮਾਮਲਾ ਜਿਸ ਵਿੱਚ ਮੁੰਡਾ ਅਤੇ ਕੁੜੀ ਗੱਡੀ ਦੇ ਵਿੱਚ ਘੁੰਮਦੇ ਨੇ ਅਤੇ ਚਿੱਟੇ ਦੀ ਸਪਲਾਈ ਕਰਦੇ ਨੇ। ਇਹ ਮਾਨਯੋਗ ਸਾਡੇ ਸੀਨੀਅਰ ਕਪਤਾਨ SSP ਸਾਹਿਬ ਦੀ ਜਿਹੜੀ ਰਹਿਨੁਮਾਈ, ਜਿਹੜੀ ਨਸ਼ਾ ਖਿਲਾਫ਼ ਜਿਹੜੀ ਮੈਂ ਵੱਡੀ ਆ, ਉਹਦੇ ਮੁਤਾਬਕ ਸਾਡੇ ਨਾਰਕੋਟ ਸੈੱਲ ਦੇ ਇੰਚਾਰਜ ਸੁਖਰਾਜ ਸਿੰਘ ਨੇ ਕੱਲ੍ਹ ਸਦਰ ਪੱਟੀ 'ਚ ਪਰਿੰਗੜੀ ਮੋੜਿਆ, ਉੱਥੇ ਨਾਕਾਬੰਦੀ ਕੀਤੀ ਸੀ, ਜਿੱਥੇ ਦੌਰਾਨ ਇੱਕ ਨੋਵਾ ਗੱਡੀ ਜਿਹੜੀ ਆ ਰੁਕੀ ਆ, ਉਹਦੇ ਵਿੱਚੋਂ ਇੱਕ ਸੁਰਜੀਤ ਸਿੰਘ ਟੁੱਲੂ ਅਤੇ ਪੱਟੀ ਦਾ ਵਾ, ਇੱਕ ਉਹਦੇ ਨਾਲ ਲੇਡੀਜ਼ ਸੀ ਹਰਜੀਤ ਕੌਰ ਬੁਦਕੀ ਦੀ, ਬੁਦਕੀ ਪਿੰਡਾਂ ਵਾ ਤਲੰਡੀ ਭਾਈ ਦੇ ਪੱਲੇ ਤੋਂ, ਉਹਨਾਂ ਨੂੰ ਅਰੈਸਟ ਕੀਤਾ ਜਿਹੜੀ ਆਪਣੇ DSPD ਦੀ ਹਾਜ਼ਰੀ ਵਿੱਚ ਉਹਨਾਂ ਨੂੰ ਅਰੈਸਟ ਕੀਤਾ, ਜਿਹਨਾਂ ਕੋਲ 1 ਕਿਲੋਗ੍ਰਾਮ ਜਿਹੜੀ ਹੀਰੋਨ ਬਰਾਮਦ ਕੀਤੀ ਆ, ਅਤੇ ਨੋਵਾ ਗੱਡੀ ਆ ਜਿਹਨੂੰ ਮਹਾਰਾਸ਼ਟਰ ਨੰਬਰ ਲੱਗਿਆ ਉਹ ਵੈਰੀਫਾਈ ਕਰਦੇ ਆ ਵੀ ਇਹਨਾਂ, ਇਹ ਤੇ ਹੀਰੋਨ ਦਾ ਕੰਮ ਕਰਦੇ ਆ ਜੀ, ਗਰੋਹ ਆ ਇਹਨਾਂ ਐਪ ਤੇ ਵੈਰੀਫਾਈ ਕਰਦੇ ਆ ਪਹਿਲਾਂ ਕੀ ਦਰਜ ਇਹਨਾਂ ਦੇ ਪਰਚੇ ਦਰਜ ਹੋਣਗੇ। ਇਹ ਜਿਹੜੇ ਆ ਇਨਵੈਸਟੀਗੇਸ਼ਨ ਦਾ ਪਾਰਟ ਆ, ਕਿੱਥੋਂ ਲੈ ਕੇ ਆਏ ਉਹ ਵੀ ਬੰਦੇ ਫੜਾਂਗੇ, ਅਤੇ ਉਹ ਥੋੜ੍ਹੀ ਚੀਜ਼ਾਂ ਜਿਹੜੀਆਂ ਸੀਕਰਟ ਰੱਖਣੀ ਮੇਰੇ, ਕਿੱਥੋਂ ਲੈ ਕੇ ਆਏ ਉਹ ਵੀ ਬੰਦਾ, ਇਹ 'ਤੇ ਕੇਸ ਰਜਿਸਟਰਡ ਹੋ ਗਿਆ, ਇਨਵੈਸਟੀਗੇਸ਼ਨ ਕਰ ਰਹੇ ਹਾਂ।